ਤਾਂ ਵੱਡੀ ਖਬਰ ਆ ਰਹੀ ਹੈ ਦਿੱਲੀ ਯਮੁਨਾ ਦੇ ਵਿੱਚ 4 ਬੱਚੇ ਡੁੱਬ ਗਏ ਨੇ, ਜਿਸ ਤੋਂ ਬਾਅਦ ਗੋਤਾਖੋਰਾਂ ਵੱਲੋਂ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਤੇ 3 ਬੱਚਿਆਂ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ, ਜਦਕਿ 1 ਬੱਚੇ ਦਾ ਹਾਲੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਤੇ ਇਸ ਲਾਪਤਾ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਯਮੁਨਾ ਦੇ ਵਿੱਚ ਨਹਾਉਂਦੇ ਸਮੇਂ ਇਹ ਵਾਪਰਿਆ ਸੀ ਹਾਦਸਾ ਤੇ ਦੇਰ ਸ਼ਾਮ 6 ਵਜੇ ਦੀ ਗੱਲ ਹੈ ਜਦ ਇਹ ਬੱਚੇ ਨਹਾਉਣ ਗਏ ਸੀ ਤੇ ਜਿਸ ਤੋਂ ਬਾਅਦ ਇਹ ਬੱਚੇ ਡੁੱਬ ਜਾਂਦੇ ਨੇ, ਫਿਰ ਮੌਕੇ ਤੇ ਚੀਕ ਚਿਹਾੜਾ ਪੈ ਜਾਂਦਾ ਹੈ ਤੇ ਜਿਸ ਤੋਂ ਬਾਅਦ 3 ਬੱਚਿਆਂ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਤੇ 1 ਬੱਚੇ ਦੀ ਭਾਲ ਕੀਤੀ ਜਾ ਰਹੀ ਹੈ ਤੇ ਅੱਜ ਸਵੇਰੇ ਫਿਰ ਤੋਂ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਇਹ 4 ਬੱਚੇ ਆਪਸ ਦੇ ਵਿੱਚ ਦੋਸਤ ਸੀ ਤੇ 10ਵੀਂ ਕਲਾਸ ਦੇ ਵਿੱਚ ਪੜ੍ਹਦੇ ਸੀ ਤੇ 16 ਤੋਂ 17 ਸਾਲ ਦੇ ਵਿੱਚ ਇਹਨਾਂ ਦੀ ਉਮਰ ਦੱਸੀ ਜਾ ਰਹੀ ਹੈ ਤੇ ਇਹਨਾਂ ਦੇ ਨਾਮ ਅਦਿੱਤਿਆ ਰਾਵਤ, ਸ਼ਿਵਮ ਯਾਦਵ, ਉਦੇ ਆਰਿਆ ਤੇ ਰਮਨ ਨੇ ਤੇ ਇਹ ਚਾਰੋਂ ਦੋਸਤ ਦੇਰ ਸ਼ਾਮ 6 ਵਜੇ ਇਹ ਯਮੁਨਾ ਨਦੀ ਦੇ ਵਿੱਚ ਨਹਾਉਣ ਜਾਂਦੇ ਆ ਤਾਂ ਹਾਦਸਾ ਵਾਪਰ ਜਾਂਦਾ ਹੈ, ਜਿਸ ਤੋਂ ਬਾਅਦ ਇਹ ਪਾਣੀ ਦੇ ਵਿੱਚ ਡੁੱਬ ਜਾਂਦੇ ਆ ਤਾਂ ਮੌਕੇ ਤੇ ਰੈਸਕਿਊ ਟੀਮ ਨੂੰ ਸੂਚਿਤ ਕੀਤਾ ਜਾਂਦਾ ਹੈ ਤੇ ਪਹੁੰਚਦੇ ਨੇ, ਜਿਸ ਤੋਂ ਬਾਅਦ ਕਈ ਘੰਟਿਆਂ ਦੇ ਰੈਸਕਿਊ ਤੋਂ ਬਾਅਦ 3 ਬੱਚਿਆਂ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ, ਜਦਕਿ 1 ਬੱਚੇ ਦੀ ਭਾਲ ਹਾਲੇ ਵੀ ਕੀਤੀ ਜਾ ਰਹੀ ਹੈ। ਤਾਂ ਵੱਡਾ ਹਾਦਸਾ ਹੋਇਆ ਦਿੱਲੀ ਯਮੁਨਾ ਨਹਿਰ ਦੇ ਵਿੱਚ, ਜਿੱਥੇ 10ਵੀਂ ਕਲਾਸ ਦੇ ਵਿੱਚ ਪੜ੍ਹਦੇ 4 ਬੱਚੇ ਨਹਾਉਣ ਗਏ ਸੀ ਤਾਂ ਉਸ ਦੌਰਾਨ ਇਹ ਹਾਦਸਾ ਵਾਪਰ ਜਾਂਦਾ ਹੈ ਤੇ ਜਿੱਥੇ 3 ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਨੇ ਜਦਕਿ 1 ਬੱਚੇ ਦੀ ਭਾਲ ਕੀਤੀ ਜਾ ਰਹੀ ਹੈ।